ਸਿੱਖਾਂ ਦੀ ਬੰਦੂਕ ਸਭ ਤੋਂ ਡਾੜੀ। ਖਾਲਸੇ ਦੇ ਵਿੱਚ ਇੱਕ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਹੈ ਵੀ ਜੋ ਬੰਦੂਕ ਦਾ ਨਿਸ਼ਾਨਾ ਸਿੱਖ ਲਾ ਸਕਦੇ, ਦੂਸਰੀ ਕਿਸੇ ਕੌਮ ਨੂੰ ਇਹ ਪ੍ਰਾਪਤ ਨਹੀਂ ਹੋਇਆ। ਕਿਉਂਕਿ ਨਿਸ਼ਾਨਾ ਲਾਉਣ ਵਿੱਚ ਇੱਕ ਸਾਇੰਸ ਹੈ ਵੀ ਜਿਹਦਾ ਮਨ ਜ਼ਿਆਦਾ ਇਕਾਗਰ ਹੋਏਗਾ ਉਹਦਾ ਨਿਸ਼ਾਨਾ ਜ਼ਿਆਦਾ ਲੱਗੇਗਾ, ਇਹ ਗੱਲ ਪੱਕੀ ਹੈ। ਉਹ ਜਿਹੜਾ ਵੀ ਕੰਮ ਕਰੇਗਾ ਇਕਾਗਰਤਾ ਨਾਲ ਕਰੇਗਾ। ਸਿੰਘ ਸਵੇਰੇ 2 ਵਜੇ ਉੱਠਦੇ, ਇਸ਼ਨਾਨ ਕਰਦੇ, ਬਾਣੀ ਪੜ੍ਹਦੇ, ਨਾਮ ਜਪਦੇ, ਧਿਆਨ ਪਰਮੇਸ਼ਰ ਚ ਰਹਿੰਦਾ, ਜਿਹੜਾ ਕੰਮ ਕਰਦੇ ਫਤਿਹ ਹੁੰਦਾ।